ਪੱਟਾ ਤੇ ਹੱਥ ਮਾਰ ਕੇ ਮੱਲ ਮੈਦਾਨ ਦੇ ਵਿੱਚ ਨਿਤਰੇ ਨੇ ਸੂਰਮੇ ਇਹ ਮਰਦ ਦਲੇਰ ਤੇ ਮਾਮਾ ਦੇ ਬੱਬਰ ਸ਼ੇਰ ਸੂਰਮੇ ਰੱਬ ਜਿੱਡਾ ਮਾਣ ਇੱਕੋ ਜਿਹੇ ਸਰੀਰ ਇੱਕੋ ਜਿਹੀਆਂ ਜਾਨਾਂ ਇੱਕੋ ਜਿਹੇ ਸਰੀਰ ਇੱਕੋ ਜਹੀ ਜਾਨ ਚੋਂ ਸੂਰਮੇ ਨੂੰ ਮਿਹਣਾ ਹੁੰਦਾ ਭੱਜਣਾ ਮੈਦਾਨ ਚੋਂ ਸੂਰਮੇ ਨੂੰ ਮਿਹਣਾ ਹੁੰਦਾ ਭੱਜਣਾ ਮੈਦਾਨ ਚੋਂ ਲੱਗੇ ਜੇ ਸਰੀਰਾਂ ਚ ਜਰਾਕੇ ਪੈਣ ਗਈ ਟਾਕਰੇ ਇੱਕੋ ਜਿਹੇ ਨਾ ਸੁਖਾਲੇ ਪੈਣ ਗਈ ਟਾਕਰੇ ਇੱਕੋ ਜਿਹੇ ਨਾ ਸੁਖਾਲੇ ਪੈਣ ਗਈ ਇਹ ਸੌਖੇ ਨਹੀਂ ਢੈਂਦੇ ਕਿਉਂਕਿ ਇੱਕ ਦੂਜੇ ਦੀ ਤਾਕਤ ਦਾ ਅੰਦਾਜ਼ਾ ਹੁੰਦਾ ਅੰਦਾਜ਼ਾ ਲਾਉਣਾ ਬਹੁਤ ਜ਼ਰੂਰੀ ਹੈ ਲਓ ਜੀ ਦਸਤ ਪੰਜਾ ਲੜਾਉਂਦੇ ਹੋਏ ਮੈਦਾਨ ਦੇ ਵਿੱਚ ਦੋ ਸੂਰਮੇ ਸ਼ਰੀਫ ਪਹਿਲਵਾਨ ਤੇ ਕਾਲਾ ਡੂਮ ਛੇੜੀ ਵਾਲਾ ਪਹਿਲਵਾਨ ਇੱਕ ਪਾਸੇ ਸ਼ਰੀਫ ਕਲੇਤੇ ਵਾਲਾ ਪਹਿਲਵਾਨ ਕ੍ਰਿਸ਼ਨ ਕੋਚ ਦਾ ਹੋਣਹਾਰ ਦਾਦੋ ਆਪਾਂ ਕੁਝ ਨਾ ਕੁਝ ਖੱਟ ਕੇ ਜਾਣਾ ਅੱਜ ਸ਼ੇਰਪੁਰ ਦੀਆਂ ਸਾਰੀਆਂ ਕੁਸ਼ਤੀਆਂ ਬੰਨ ਕੇ ਜਾਣੀਆਂ ਸ਼ਾਬਾਸ਼ 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 ਕਈ ਦਿਨ ਹੋ ਗਏ ਮੈਂ ਵਾਹਵਾ ਖੱਜਲ ਖੁਆਰ ਹੋਇਆ ਤੇ ਮੈਂ ਨਹੀਂ ਚਾਹੁੰਦਾ ਕਿ ਹੋਰ ਹੋਵਾਂ ਬਹੁਤ ਸਾਥ ਦਿੰਦੇ ਯਾਰ ਮੇਰਾ ਭਲਵਾਨ ਬਹੁਤ ਰੱਬ ਜਿੱਡਾ ਮਾਣ ਹੈ ਉਹ ਕੁਸ਼ਤੀ ਸਿੰਘ ਉਹ ਮੇਰੀ ਨਹੀਂ ਤੁਹਾਡੀ ਹੈ ਮੈਂ ਸਭ ਦਾ ਸਤਿਕਾਰ ਕਰਦਾ ਸਭ ਦਾ ਧੰਨਵਾਦੀ ਹੈ ਕਿ ਬਹੁਤ ਮਾਣ ਬਖਸ਼ਦੇ ਹੋ ਤੁਸੀਂ ਉਹ ਬਹੁਤ ਸਾਰਾ ਮਾਣ ਪਿਆਰ ਸਾਰੀਆਂ ਸਿੰਘਾਂ ਵਿੱਚ ਮਿਲਦਾ 16 ਤਰੀਕ ਨੂੰ ਉਤੋਵਾਲ ਪਿੰਡ ਦੇ ਵਿੱਚ ਸਲਾਨਾ ਦੰਗਲ ਹੈ 18 ਤਰੀਕ ਨੂੰ ਉੱਪਲ ਜਗੀਰ ਦੀ ਧਰਤੀ ਤੇ ਬਹੁਤ ਵੱਡਾ ਵਿਸ਼ਾਲ ਕੁਸ਼ਤੀ ਦੰਗਲ ਹੋ ਰਿਹਾ ਉੱਥੇ 20 ਤਰੀਕ ਨੂੰ ਸ਼ਮਸ਼ਾਬਾਦ ਵਿੱਚ ਬਹੁਤ ਵੱਡਾ ਕੁਸ਼ਤੀ ਦੰਗਲ ਹੋ ਰਿਹਾ 30 ਤਰੀਕ ਨੂੰ ਬੇਲਗਾ ਪਿੰਡ ਦੇ ਵਿੱਚ ਦੰਗਲ ਹੋ ਰਿਹਾ ਸਲਾਨਾ ਉੱਥੇ 31 ਤਰੀਕ ਨੂੰ ਪਿੰਡ ਸ਼ੇਰਪੁਰ ਦੇ ਵਿੱਚ ਸ਼ਾਬਾਸ਼ 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 ਬਜ਼ੁਰਗੋ ਥੋੜਾ ਪਿੱਛੇ ਰਿਹੋ ਆਪਣੇ ਤੋਂ ਨਾ ਭੱਜ ਹੋਣਾ ਤੇ ਨਾ ਥੱਲੇ ਆ ਹੋਣਾ ਚੱਜ ਨਾ ਥੱਲੇ ਆਉਣ ਜੋਗੇ ਨਾ ਉੱਤੇ ਆਉਣ ਜੋਗੇ ਹੁਣ ਠੀਕ ਹੈ ਹਿਸਾਬ ਨਹੀਂ ਰਿਹੋ ਇਸ ਉਮਰ ਦੇ ਵਿੱਚ ਸਮਾਨ ਵੀ ਨਹੀਂ ਮਿਲਦਾ ਠੀਕ ਹੈ ਖਿਆਲ ਨਾ ਮੁੰਡੇ ਦੇਖੋ ਨੌਜਵਾਨ ਤਕੜੇ ਆ ਭੁੱਖ ਲੈਂਦੀ ਹੈ ਮੁੰਡਿਆਂ ਨੂੰ ਵੇਖ ਕੇ ਚੜ੍ਹਦੀਆਂ ਉਮਰਾਂ ਚੜ੍ਹਦੀਆਂ ਜਵਾਨੀਆਂ ਸਾਂਭ ਸਾਂਭ ਕੇ ਰੱਖੇ ਚੋਬਰ ਸੌਖਾ ਭਲਵਾਨ ਜੀ ਵੇਖੋ ਜਰਾ ਅੱਜ ਇਹਨਾਂ ਦੇ ਚੜਾਕੇ ਪੈਂਦੇ ਆ ਚੜਾਕੇ ਸਰੀਰਾਂ ਵਿੱਚ ਤੇ ਤੜਾਕੇ ਵੀ ਪੈਂਦੇ ਆ ਚੜਾਕੇ ਕਹਿੰਦੇ ਕੋਲਾ ਬੰਦਾ ਸੱਜੇ ਹੱਥ ਨਾਲ ਸੁੱਟਦਾ ਚਰਕ ਖੱਬੇ ਦੀ ਪੈਂਦੀ ਆ ਏਦਾਂ ਇਹਨਾਂ ਦਾ ਪੂਰਾ ਸਰੀਰ ਦੀ ਚਰਕ ਪੈਂਦੀ ਆ ਅੱਜ ਚਰਕਾਂ ਪੈਣਗੀਆਂ ਸਰੀਰਾਂ ਦੀਆਂ ਵੇਖੋ ਮੈਦਾਨ ਦੇ ਵਿੱਚ ਗੱਭਰੂ ਘੁਲਦੇ ਹੋਏ ਕਿ ਗੱਭਰੂ ਘੁਲਦੇ ਵੇਖੇ ਬਈ ਵੇਖੇ ਵਿੱਚ ਖਾੜਿਆਂ ਜਾ ਕੇ ਚਿਹਰੇ ਤੱਕਦੇ ਸ਼ੇਰਾਂ ਦੇ ਰੱਖਦੇ ਟੌਲਿਆਂ ਨੂੰ ਲਿਸ਼ਕਾ ਕੇ ਦੁਨੀਆਂ ਪਹੁੰਚੀ ਜਾਂਦੀ ਏ ਦੂਰੋਂ ਨੇੜਿਓਂ ਹੁੰਮ ਹੁਮਾ ਕੇ ਉਹ ਸਿੰਘ ਫਸ ਗਏ ਕੁੱਟੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਬਹਿ ਜਾ ਹੋਵੇਗੀ ਅੱਜ ਬੱਲੇ ਬੱਲੇ ਹੋਵੇਗੀ ਕਿ ਬੱਲੇ ਬੱਲੇ ਓਏ ਭਲਵਾਨਾ ਅੱਜ ਦੁਨੀਆ ਵੇਖੋ ਤੇਰੀਆਂ ਸ਼ਾਨਾਂ ਬੱਲੇ ਬੱਲੇ ਓਏ ਭਲਵਾਨਾ ਦੁਨੀਆ ਵੇਖੋ ਤੇਰੀ ਕੁਸ਼ਤੀ ਦੀਆਂ ਸ਼ਾਨਾਂ ਵੇਖੋ ਜਰਾ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ ਦਾਨਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ ਹਸਤੀ ਨੂੰ ਮਟਾਉਣਾ ਪੈਂਦਾ ਦੇਖੋ ਮੱਲ ਘੁਲਦੇ ਮੈਦਾਨ ਦੇ ਵਿੱਚ ਰੱਬ ਜਿੱਡਾ ਮਾਣ ਇਹਨਾਂ ਗੱਭਰੂਆਂ ਤੇ ਕਦੇ ਕਦੇ ਇਹਨਾਂ ਵਿੱਚੋਂ ਕਿੱਕਰ ਸਿੰਘ ਕੱਲੂ ਗੁਲਾਮ ਇਮਾਮ ਬਾਮੇ ਵਰਗੇ ਡੂੰਘੇ ਵਰਗੇ ਭਲਵਾਨਾਂ ਦੇ ਦਰਸ਼ਨ ਹੁੰਦੇ ਆ ਗੱਲਾਂ ਹੁੰਦੀਆਂ ਕਿਤੇ ਬੰਨ ਤੇ ਬਲਟੋਈਏ ਦੀਆਂ ਕੇਰ ਸ਼ਮੇਰ ਫੱਤੇ ਦੀਆਂ ਗੱਲਾਂ ਹੁੰਦੀਆਂ ਤੂੰ ਕਿਹੜਾ ਫੱਤਾ ਹੈ ਉਹ ਤੂੰ ਕਿਹੜਾ ਦਾਰਾ ਅੱਜ ਵੀ ਲੋਕੀ ਕਹਿੰਦੇ ਆ ਬਹੁਤ ਵੱਡਾ ਦਾਰਾ ਬਣਿਆ ਫਿਰਦਾ ਸੋ ਦਾਰੇ ਵਰਗੇ ਭਲਵਾਨ ਸਦੀ ਵਿੱਚ ਕਦੇ ਕਦੇ ਜੰਮਦੇ ਆ ਕਦੇ ਕਦੇ ਗੱਲਾਂ ਹੁੰਦੀਆਂ ਫੱਤੇ ਵਰਗੇ ਭਲਵਾਨਾਂ ਦੀਆਂ ਕੇਰ ਸ਼ਮੇਰ ਫੱਤਾ ਬਹੁਤ ਚੋਟੀ ਦੇ ਭਲਵਾਨ ਵਿਜੇ ਭਲਵਾਨ ਬਹੁਤ ਵੱਡੇ ਬਿੱਲਾ ਭਲਵਾਨ ਹੋਇਆ ਬਹੁਤ ਚੋਟੀ ਦਾ ਸੋ ਇਹਨਾਂ ਪਹਿਲਵਾਨਾਂ ਦੀ ਭਲਵਾਨੀ ਤੇ ਅਰਜਨ ਟੋਟੀਆ ਬੰਤਾ ਬਲਟੋਈਆ ਪੂਰਨ ਸ਼ੇਰੋਂ ਵਾਲੀਆ ਇਹ ਵਰਣਨ ਯੋਗ ਨਾਂ ਹੈ ਪਹਿਲਵਾਨੀ ਦੇ ਵਿੱਚ ਮੇਹਰਦੀਨ ਭਲਵਾਨ ਮੇਹਰਦੀਨ ਤਾਮ ਕੋਟੀਆ ਮੇਹਰਦੀਨ ਸ਼ਾਹ ਕੋਟ ਵਾਲਾ ਵੀ ਕਹਿੰਦੇ ਰਹੇ ਆ ਉਹ ਭਲਵਾਨ ਜਿਹਨੇ ਸਭ ਤੋਂ ਵੱਧ ਗੁਰਜਾਂ ਦਿੱਤੀਆਂ ਕਮਰੇ ਭਰ ਦਿੱਤੇ ਗੁਰਜਾਂ ਨਾਲ ਜਿੱਤ ਜਿੱਤ ਕੇ ਐਡਾ ਉੱਚਾ ਲੰਮਾ ਜਵਾਨ 6 ਫੁੱਟ ਤੋਂ ਵੀ ਵੱਧ ਕੱਦ ਅਜੇ ਤੱਕ ਕਿਸੇ ਮੱਲ ਦਾ ਨਹੀਂ ਹੋਇਆ ਤੇ ਇੱਥੇ ਗੱਲ ਵਰਣਨ ਯੋਗ ਹੈ ਜਗਦੀਸ਼ ਦੀਸ਼ਾ ਜੀ ਮੈਂ ਅਕਸਰ ਕਿਹਾ ਕਰਦਾ ਤੇ ਬਾਕੀ ਨਾਲ ਕਿਹਾ ਕਰਦਾ ਕਿ ਭਲਵਾਨਾਂ ਦੀ ਮਿਹਨਤ ਵੀ ਬਹੁਤ ਵੱਡੀ ਹੈ
ਇਹਨਾਂ ਨੂੰ ਮਾਣ ਬਹੁਤ ਮਿਲਦੇ ਹੈ ਪਰ ਜਦੋਂ ਬਲਵਾਨ ਆਖਰੀ ਸਮੇਂ ਤੇ ਪੁੱਜਦਾ ਸਾਡੀਆਂ ਸਰਕਾਰਾਂ ਨੂੰ ਜਾਂ ਕੋਈ ਪੈਨਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਮਾਲੀ ਇਮਦਾਦ ਵੀ ਦੇਣੀ ਚਾਹੀਦੀ ਹੈ ਤੇ ਇਹ ਉਦੋਂ ਗੱਲ ਬਹੁਤ ਜ਼ਿਆਦਾ ਰੜਕੀ ਜਦੋਂ ਆਖਰੀ ਜਿਹੜਾ ਟਾਈਮ ਸੀਗਾ ਉਹਨਾਂ ਦਾ ਬਹੁਤ ਮੁਸ਼ਕਿਲ ਗੁਜ਼ਰਿਆ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਮੈਂ ਨਹੀਂ ਚਾਹੁੰਦਾ ਕਿਸੇ ਵੀ ਮੱਲ ਦਾ ਆਖਰੀ ਟਾਈਮ ਮਾੜਾ ਹੋਵੇ ਇਹ ਮੱਲਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੁੰਦਾ ਪਹਿਲਵਾਨੀ ਨੂੰ ਦਿੱਤਾ ਹੁੰਦਾ ਨੌਜਵਾਨੀ ਨੂੰ ਦਿੱਤਾ ਹੁੰਦਾ ਇਸ ਕਰਕੇ ਮੈਂ ਬਹੁਤ ਪੜ੍ਹਿਆ ਮੇਹਰਦੀਨ ਪਹਿਲਵਾਨ ਬਾਰੇ ਤੇ ਜਿੰਨੇ ਕੁ ਅਸੀਂ ਸ਼ੇਅਰ ਬੋਲਦੇ ਹਾਂ ਮੋਸਟਲੀ ਉਹਨਾਂ ਵਿੱਚੋਂ ਲਗਭਗ 50% ਸ਼ੇਅਰ ਅਸੀਂ ਇਕੱਲੇ ਮੇਹਰਦੀਨ ਪਹਿਲਵਾਨ ਦੇ ਬੋਲਦੇ ਹਾਂ ਕਹਿੰਦਾ ਉਹ ਪਹਿਲਾ ਪਹਿਲਵਾਨ ਸੀ ਜਿਹੜਾ ਜੁੱਸੇ ਦਾ ਵੀ ਤਕੜਾ ਸੀ ਤੇ ਦਿਮਾਗ ਦਾ ਬੁੱਧ ਦਾ ਵੀ ਬੜਾ ਬਰੀਕ ਸੀ ਤੇ ਨਹੀਂ ਤੇ ਦੋਵੇਂ ਚੀਜ਼ਾਂ ਇਕੱਠੀਆਂ ਘੱਟ ਹੁੰਦੀਆਂ ਘੱਟ ਹੁੰਦੀਆਂ ਜੇ ਬੰਦਾ ਤਕੜਾ ਬਹੁਤ ਹੈ ਤੇ ਬੁੱਧ ਥੋੜੀ ਕਮਜ਼ੋਰ ਹੁੰਦੀ ਹੈ ਤੇ ਬੁੱਧ ਦਾ ਬਹੁਤ ਤੇਜ਼ ਹੈ ਤਾਂ ਪਤਲਾ ਜਿਹਾ ਹੁੰਦਾ ਪਰ ਉਹ ਇੱਕੋ ਇੱਕ ਪਹਿਲਵਾਨ ਸੀ ਜਿਹੜਾ ਬੁੱਧ ਦਾ ਵੀ ਬਰੀਕ ਸੀ ਤੇ ਉਹ ਜੁੱਸੇ ਦਾ ਵੀ ਬੜਾ ਕਾਇਮ ਸੀ ਸੋ ਇਸ ਕਰਕੇ ਦੋਵੇਂ ਚੀਜ਼ਾਂ ਜਿਹਦੇ ਕੋਲ ਆ ਉਹ ਚੋਟੀ ਦਾ ਮੱਲ ਹੁੰਦਾ ਸੋ ਅੱਜ ਚੰਦਕੀ ਰਾਮ ਦੀਆਂ ਗੱਲਾਂ ਕਰਦੇ ਆ ਉਹ ਵੀ ਬੜਾ ਸਿਆਣਾ ਪਹਿਲਵਾਨ ਹੋਇਆ ਤੇ ਦਰਵੇਸ਼ ਫਕੀਰਾਂ ਵਿੱਚ ਚਰਚਾ ਹੁੰਦੀ ਆ ਦਰਵੇਸ਼ ਫਕੀਰ ਪਹਿਲਵਾਨਾਂ ਵਿੱਚ ਪਰਮਿੰਦਰ ਨੂੰ ਖੇੜੀ ਦੀ ਕਦੇ ਵੀ ਜਿਹਦੇ ਜਿੱਥੇ ਪਰਮਾਨ ਉਹ ਘੁਲਿਆ ਕਦੇ ਰੌਲਾ ਨਹੀਂ ਪਿਆ ਬਹੁਤ ਪਿਆਰ ਨਾਲ ਘੁਲਿਆ ਫਕੀਰ ਪਹਿਲਵਾਨ ਕਹਿੰਦੇ ਉਹਨੂੰ ਦਰਵੇਸ਼ ਪਹਿਲਵਾਨੀ ਉਹਨਾਂ ਨੇ ਕੀਤੀ ਹੈ ਸਾਰੀ ਜ਼ਿੰਦਗੀ ਤਾਂ ਉਮਰ ਰੱਬ ਜਿੱਦਾਂ ਮਾਣ ਹੈ ਉਹਨਾਂ ਮੱਲਾਂ ਤੇ ਤੋ ਲਓ ਜੀ ਕੁਸ਼ਤੀਆਂ ਲਗਾਤਾਰ ਹੁਣ ਤੱਕ ਚੱਲ ਕੇ ਆਈਆਂ ਜਿੰਨੀਆਂ ਕੁਸ਼ਤੀਆਂ ਹੋਈਆਂ ਉਹਨਾਂ ਦਾ ਤੁਸੀਂ ਆਨੰਦ ਮਾਣਿਆ ਹੁਣ ਪਟਕੇ ਵੱਲ ਵਧਾਂਗੇ ਅਗਲੇ ਕੁਝ ਮਿੰਟਾਂ ਦੇ ਵਿੱਚ ਪਟਕੇ ਦੀ ਕੁਸ਼ਤੀ ਹੋਣ ਵਾਲੀ ਹੈ ਤੇ ਪਟਕੇ ਵਾਲੇ ਪਹਿਲਵਾਨ ਤਿਆਰ ਰਹਿਣ ਮੈਦਾਨ ਦੇ ਵਿੱਚ ਰਹਿਣਾ ਮੈਦਾਨ ਤੋਂ ਬਾਹਰ ਨਹੀਂ ਜਾਣਾ ਮੈਦਾਨ ਤੋਂ ਬਾਹਰ ਨਹੀਂ ਜਾਣਾ ਸੋ ਮੈਂ ਗੱਲ ਕੀਤੀ ਸੀ ਕਿੱਕਰ ਕੱਲੂ ਗੁਲਾਮ ਇਮਾਮ ਗਾਮੇ ਬਾਰ ਢੋਲ ਵਜਾਈ ਢੋਲ ਵਜਾਈ ਢੋਲ ਵਜਾਈ ਮੈਨੂੰ ਢੋਲ ਦੀ ਕੀਮਤ ਦਾ ਪਤਾ 15,000 ਦਾ ਆਉਂਦਾ ਢੋਲ ਮੇਰੇ ਖਿਆਲ ਸਿੰਘਾਂ ਚੋਂ ਇੰਨੇ ਕਮਾਏ ਨਹੀਂ ਹੋਣੇ 15,000 ਬਚ ਕੇ ਪਰੇ ਉਰੇ ਹੋ ਜਾ ਕਰੋ ਤੁਸੀਂ ਪਹਿਲਵਾਨ ਜਦੋਂ ਘੁਲਦੇ ਆ ਪਤਾ ਪੁਤਾ ਨੀ ਕੋਈ ਲੱਗਦਾ ਐਵੇਂ ਕਿਸੇ ਦੇ ਪੈਰ ਫੁੱਲ ਥੱਲੇ ਨਾ ਆ ਜਾਓ ਕਹਿੰਦੇ ਹੁੰਦੇ ਸਾਨਾਂ ਦੇ ਭੇੜ ਚ ਘਾਹ ਫੂਸ ਰਗੜਿਆ ਇਹ ਸਾਨਾਂ ਵਾਲੇ ਭੇੜ ਆ ਤੇ ਆਪਾਂ ਇਹਨਾਂ ਸਾਹਮਣੇ ਘਾਹ ਫੂਸੀ ਆ ਕਿਤੇ ਵੀ ਰਗੜ ਹੋ ਸਕਦੇ ਬਚ ਕੇ ਰਹੋ ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਓਮ ਪਹਿਲਵਾਨਾਂ ਲਈ ਕਵਾਂਗੇ ਕਿ ਇਹਨਾਂ ਪਹਿਲਵਾਨਾਂ ਤੇ ਰੱਬ ਦੀ ਮਿਹਰ ਸਿੱਧੀ ਖੁਸ਼ ਨਸੀਬੀਆਂ ਰੰਗ ਵਿਖਾਉਂਦੇ ਨੇ ਪਹਿਲਵਾਨ ਪਹਾੜ ਦੇ ਹਿੰਮਤਾਂ ਦੇ ਘੁਲਣਾ ਜ਼ਿੰਦਗੀ ਨਾਲ ਸਿਖਾਉਂਦੇ ਨੇ ਘੁਲਣਾ ਜ਼ਿੰਦਗੀ ਨਾਲ ਸਿਖਾਉਂਦੇ ਨੇ ਬੜੀ ਬਰਕਤ ਹੈ ਪਰਮਾਤਮਾ ਦੀ ਇਹਨਾਂ ਦੇ ਉੱਪਰ ਤੇ ਮਿਹਰ ਹੈ ਉਹਨਾਂ ਮਸਤਾਂ ਦੀ ਜਿਹਨਾਂ ਦੀ ਯਾਦ ਚ ਆਪਾਂ ਜੁੜੇ ਮਸਤ ਭਜੂ ਸ਼ਾਹ ਜੀ ਉਹਨਾਂ ਦੀ ਕਿਰਪਾ ਦੇ ਨਾਲ ਇਹ ਸਾਰੇ ਅੱਜ ਦੇ ਕਾਰਜ ਹੋ ਰਹੇ ਆ ਮਸਤਾਂ ਦੀ ਕਿਰਪਾ ਇਹਨਾਂ ਪਹਿਲਵਾਨਾਂ ਦੇ ਉੱਪਰ ਬਹੁਤ ਤਕੜੀਆਂ ਕੁਸ਼ਤੀਆਂ ਲੜਦੇ ਹੋਏ ਪਹਿਲਵਾਨੀ ਕਰਨੀ ਫਕੀਰੀ ਹੰਡਾਉਣੀ ਇੱਕ ਬਰਾਬਰ ਹੈ ਇਹ ਪੱਲੇ ਖਰਚ ਨਾ ਮੂਲ ਵੀ ਬੰਨਦੇ ਨੇ ਪੰਛੀ ਅਤੇ ਪਰਦੇਸੀਆਂ ਦੀ ਜਾਤ ਇੱਕੋ ਭਾਵੇਂ ਹੋਣ ਵਿਰੋਧੀ ਖੇਮਿਆਂ ਵਿੱਚ ਅਕਲਾਂ ਵਾਲਿਆਂ ਦੀ ਹੁੰਦੀ ਹੈ ਬਾਤ ਇੱਕੋ 10 ਮਿੰਟ ਇਸ ਕੁਸ਼ਤੀ ਤੇ ਹੋ ਚੁੱਕੇ ਹੈ ਸਿਰਫ 5 ਮਿੰਟ ਬਾਕੀ ਨੇ ਮੈਂ ਬੇਨਤੀ ਕਰਦਾ ਥੋੜੀ ਕੁਸ਼ਤੀ ਨੂੰ ਤੇਜ਼ ਕਰੀਏ ਆਪਾਂ ਥੋੜੀ ਕੁਸ਼ਤੀ ਠੰਡੀ ਪੈ ਗਈ ਹੈ ਇੱਕ ਵਾਰ ਤਾੜੀ ਵਜਾਓ ਜੀ ਇਸ ਕੁਸ਼ਤੀ ਵਾਸਤੇ ਜ਼ੋਰਦਾਰ ਥੋੜਾ ਗਰਮ ਕਰੀਏ ਸ਼ਾਮ ਨੂੰ ਠੰਡ ਵੱਧ ਜਾਂਦੀ ਹੈ ਤੇ ਠੰਡ ਤੋਂ ਨਜ਼ਾਤ ਪਾਉਣ ਲਈ ਤੁਹਾਨੂੰ ਵੀ ਗਰਮ ਕਰਨਾ ਜ਼ਰੂਰੀ ਹੈ ਤੇ ਪਹਿਲਵਾਨਾਂ ਨੂੰ ਵੀ ਗਰਮ ਕਰਨਾ ਜ਼ਰੂਰੀ ਹੈ ਕਾਲਾ ਡੂਮ ਛੇੜੀ ਸ਼ਰੀਫ ਕਲੇਤਾ ਆਓ ਥੋੜੇ ਕੁਸ਼ਤੀ ਨੂੰ ਤੇਜ਼ ਕਰੀਏ ਫੈਸਲਾ ਆਉਣਾ ਚਾਹੀਦਾ ਦੋ ਮੱਲ ਕੁਸ਼ਤੀ ਭਾਵੇਂ 1 ਕਰੋੜ ਰੁਪਈਏ ਦੀ ਹੋਵੇ ਨੋਟ ਕਰ ਲਿਓ ਦੋ ਮੱਲ ਘੁਲਦੇ ਆ ਉਹ ਭਾਵੇਂ 10-10 ਵਾਰ ਦੇ ਭਾਰ ਕੇਸਰੀ ਕਿਉਂ ਨਾ ਹੋਣ ਰੁਸਤਮੇ ਹਿੰਦ ਹਿੰਦ ਕੇਸਰੀ ਕਿਉਂ ਨਾ ਹੋਣ ਜੇਕਰ ਐਂਡ ਤੇ ਜਿੱਤ ਹਾਰ ਨਹੀਂ ਹੁੰਦੀ ਤੇ ਬੰਦੇ ਇੱਦਾਂ ਜਾਂਦੇ ਜਾਂਦੇ ਪਤਾ ਕੀ ਕਹਿੰਦੇ ਹੁੰਦੇ ਸਵਾਦ ਜਿਹਾ ਨਹੀਂ ਆਇਆ ਜਿੱਤ ਹਾਰ ਨਾ ਸਵਾਦ ਕਿਉਂਕਿ ਖਿੱਚੇ ਹੋਏ ਹਾਂ ਜਿੱਤ ਹਾਰਾਂ ਨੂੰ ਅਸੀਂ ਬਰਾਬਰ ਦੇ ਘੋਲ ਨਹੀਂ ਵੇਖਦੇ ਥੋੜਾ ਹਿਟਲਰ ਨੇ ਵੀ ਸਾਨੂੰ ਦੱਸਿਆ ਵੀ ਫੈਸਲਾ ਹੋਣਾ ਚਾਹੀਦਾ ਉਹਦੇ ਸਾਹਮਣੇ 5 ਦਿਨ ਕ੍ਰਿਕਟ ਖੇਡਦੇ ਰਹੇ ਮੈਚ ਕਹਿੰਦੇ ਡਰਾ ਹੋ ਗਿਆ ਕਹਿੰਦਾ ਸਾਰੇ ਇੱਧਰ ਲਿਆਓ ਤੋਪ ਦੇ ਗੋਲੇ ਚਲਾ ਤੇ ਕਹਿੰਦਾ ਜਿਹੜੇ ਫੈਸਲਾ ਹੀ ਨਹੀਂ ਆਉਂਦਾ ਫਾਇਦਾ ਕੀ
तो इस करके साडा सुभा इदां दा असी चाहुंदे कि जित हार होवे फिर स्वाद आउंदा है। सो जित हार इन्हां दे हथ च है, इन्हां दी मेहनत दे हथ च है, ते वाहिगुरु दे हथ च है। जित हार वाहिगुरु दे हथ च है। शाबाश शरीफ भी तकड़ी कोशिश करदा होया तो काला डूम छेड़ी वाला भी घट नहीं आखदा काला कहिंदे डूम छेड़ी वाला तो कहिंदा मेहनत साडी भी मखणा बहुत है। मेहनत जे तेरी बहुत है मेहनत मखना साड़ी भी बहुत है। कोशिश तकड़ी कर रहे हैं। बाकी जित हार वाहिगुरु की हत है। कौन है जेड़े दुध के वो बदाम खांदे है, जेड़े पूरियां मच्छां चुंगदे है, उना दी जय जयकार हुंदी है, उना नूं लोग याद करदे है। अज नहीं ते कल ਤੁਹਾਡੀ ਕੀਤੀ ਹੋਈ ਕਮਾਈ ਦਾ ਮੁੱਲ ਜ਼ਰੂਰ ਪੈਂਦਾ। ਜਿਹੜੀਆਂ ਡੰਡ ਬੈਠਕਾਂ ਤੁਸੀਂ ਰੋਜ਼ ਮਾਰਦੇ ਆ ਉਹਦੇ ਕਦੇ ਨਾ ਕਦੇ ਕੀਮਤ ਲੋਕ ਅਦਾ ਕਰਦੇ ਆ। ਤੇ ਡੰਡ ਬੈਠਕਾਂ ਬਾਜ ਨਾ ਮੱਲ ਬਣਦੇ, ਹਿਸਾਬ ਆਵੇ ਨਾ ਬਾਜ ਪਹਾੜਿਆਂ ਦੇ, ਮਰਦਾਂ ਬਾਜ ਨਾ ਮਹਿਫਲਾਂ ਸੋਹਦੀਆਂ ਨੇ, ਤੇ ਜੰਜਾਂ ਸੋਹਦੀਆਂ ਨਾ ਬਾਜ ਲਾੜਿਆਂ ਦੇ, ਡੰਡ ਬੈਠਕਾਂ ਬਾਜ ਨਾ ਮੱਲ ਬਣਦੇ। ਜਿਹਨਾਂ ਡੰਡ ਬੈਠਕਾਂ ਮਾਰੀਆਂ, ਜਿਹਨਾਂ ਨੇ ਦੁੱਧ ਪੀਤੇ ਆ, ਪੂਰੀਆਂ ਮੱਝਾਂ ਚੁੰਗੀਆਂ, ਉਹ ਕਦੇ ਵੀ ਜਿਹੜਾ ਜ਼ਿੰਦਗੀ ਵਿੱਚ ਘਬਰਾਉਂਦੇ ਨਹੀਂ। ਉਹਨਾਂ ਦੇ ਹੌਸਲੇ ਹਮੇਸ਼ਾ ਬੁਲੰਦ ਹੁੰਦੇ ਆ, ਬੁਲੰਦ ਹੌਸਲੇ ਜਿਨ੍ਹਾਂ ਦੇ ਪੁੱਜਦੇ ਅਰਸ਼ਾਂ ਤੀਕ, ਬੋਲ ਉਹਨਾਂ ਦੇ ਸਫਰੀ ਹੁੰਦੇ ਪੱਥਰ ਉੱਤੇ ਲੀਕ, ਬੋਲ ਉਹਨਾਂ ਦੇ ਸਫਰੀ ਹੁੰਦੇ ਪੱਥਰ ਉੱਤੇ ਲੀਕ। ਸੋ ਆਓ, ਹਿੰਮਤਾਂ ਨੂੰ ਦਾਤ ਦਿੰਦੀ ਆਈ ਦੁਨੀਆ, ਇਹਨਾਂ ਦੀਆਂ ਹਿੰਮਤਾਂ ਨੂੰ ਸਲਾਮ ਹੈ, ਇਹਨਾਂ ਦੀਆਂ ਮਿਹਨਤਾਂ ਨੂੰ ਸਲਾਮ ਹੈ। ਕੀਤੀਆਂ ਹੋਈਆਂ ਮਿਹਨਤਾਂ ਸਾਫ ਨਜ਼ਰ ਆ ਰਹੀਆਂ। 12 ਕੁ ਮਿੰਟ ਲੱਗਦਾ ਕੁਸ਼ਤੀ ਦੇ, 13 ਮਿੰਟ ਹੋ ਗਏ, 1-2 ਮਿੰਟ ਬਾਕੀ ਹੈ। ਪਟਕੇ ਵਾਲੇ ਪਹਿਲਵਾਨ ਅੰਗਰੇਜ਼ ਜੀ, ਗੈਟ ਰੈਡੀ, ਅੰਗਰੇਜ਼ ਡੂਮ ਛੇੜੀ ਅਗਰ ਤਿਆਰੀ ਹੈ। 2 ਮਿੰਟ ਬਾਕੀ ਨੇ, 2 ਮਿੰਟ। ਵੈਸੇ 2 ਮਿੰਟ ਦੇ ਵਿੱਚ 120 ਸੈਕਿੰਡ ਹੁੰਦੇ ਆ। ਕਈ ਵਾਰ ਹਾਕੀ ਦਾ ਮੈਚ ਅਸੀਂ ਲਾਸਟ 15 ਸਕਿੰਟਾਂ ਚ, ਲਾਸਟ 15 ਸਕਿੰਟਾਂ ਚ ਇੱਕ ਮੈਚ ਚ ਆਪਾਂ 1 ਸਕਿੰਟ ਕਰੇ, 1 ਸਕਿੰਟ ਰਹਿੰਦਾ ਸੀ ਤੇ ਬੋਲ ਹੋ ਗਿਆ, ਬੜਾ ਸੁੱਖ ਲੱਗਾ ਸੀ। ਤੋ 2 ਮਿੰਟ ਬਹੁਤ ਹੁੰਦੇ ਆ, ਬਹੁਤ ਕੁਝ ਕੀਤਾ ਜਾ ਸਕਦਾ 2 ਮਿੰਟਾਂ ਵਿੱਚ। ਅੱਜ ਕੱਲ੍ਹ ਦੀ ਇੰਟਰਨੈਸ਼ਨਲ ਜਿਹੜੀ ਵਰਲਡ ਦੀ ਕੁਸ਼ਤੀ ਹੈ ਸਿਰਫ 6 ਮਿੰਟ ਦੀ ਹੈ, 3 ਤੋਂ ਬਾਅਦ ਬ੍ਰੇਕ, ਫਿਰ 3। ਉਹ 6 ਮਿੰਟਾਂ ਵਿੱਚ ਤੁਹਾਡੀ 6 ਸਾਲ ਦੀ ਕਮਾਈ ਬੋਲਣੀ ਚਾਹੀਦੀ ਹੈ, ਫਿਰ ਤੁਸੀਂ ਜਿੱਤ ਸਕਦੇ ਆ। ਤੋ ਅੱਜ ਦੀ ਕੁਸ਼ਤੀ ਪੂਰੀ ਫੁਰਤੀ ਵਾਲੀ ਹੈ, ਫੁਰਤੀਲੇ ਪਹਿਲਵਾਨਾਂ ਦੀ ਕੁਸ਼ਤੀ ਹੈ। ਇੱਕ ਵਾਰ ਫੁਰਤੀ ਵਿਖਾ ਦਿਓ ਜਰਾ। ਚੁਸਤੀ, ਫੁਰਤੀ ਤੇ ਤੰਦਰੁਸਤੀ ਦਾ ਪ੍ਰਤੀਕ ਹੁੰਦੀ ਹੈ ਕੁਸ਼ਤੀ। ਦੇਖੋ ਸ਼ਬਦ, ਸ਼ਬਦਾਂ ਦੀ ਸੰਗਿਆ, ਚੁਸਤੀ ਫੁਰਤੀ ਤੇ ਤੰਦਰੁਸਤੀ ਦਾ ਪ੍ਰਤੀਕ ਹੁੰਦੀ ਹੈ ਕੁਸ਼ਤੀ। ਆਓ ਕੁਸ਼ਤੀ ਵਿੱਚ ਤੁਸੀਂ ਵੀ ਜਰਾ ਕੁਝ ਕਰਕੇ ਵਿਖਾਓ। ਜਿੱਤ ਜਾਵੇ ਭਾਵੇਂ ਕੋਈ, ਹਰ ਜਾਵੇ ਭਾਵੇਂ ਕੋਈ, ਕੁਸ਼ਤੀ ਵਧੀਆ ਹੋਣੀ ਚਾਹੀਦੀ ਹੈ। 10-15 ਇੱਕ ਵਾਰ ਫਿਰ ਤੋਂ ਲੜਾਇਆ ਪਹਿਲਵਾਨਾਂ ਨੇ, ਇੱਕ ਪੂਰੀ ਤਰ੍ਹਾਂ ਇੱਕ ਦੂਸਰੇ ਦੀ ਜ਼ੋਰ ਨੂੰ ਪਰਖ ਲਿਆ। ਹੁਣ ਤੇ ਬਸ ਦਾ ਪੇਚ ਮਾਰਨਾ ਜ਼ਰੂਰੀ ਹੈ। ਜਿੰਨੀ ਦੇਰ ਤੱਕ ਦਾ ਪੇਚ ਨਹੀਂ ਬਚਦਾ ਉਨੀ ਦੇਰ ਤੱਕ ਗੱਲ ਨਹੀਂ ਜੇ ਬਣਦੀ, ਜਿੱਤ ਹਾਰ ਵੀ ਉਨੀ ਦੇਰ ਤੱਕ ਨਹੀਂ ਹੋ ਸਕਦੀ। ਆਓ ਵੀ ਪਹਿਲਵਾਨੋ, ਹੁਣ ਮੈਂ ਪਟਕੇ ਦੀ ਕੁਸ਼ਤੀ ਸਟਾਰਟ ਕਰਾਉਣ 'ਚ ਬਸ ਕੁਝ ਹੀ ਸੈਕਿੰਡ ਬਾਕੀ ਹੈ। ਮੈਂ ਚਾਹੁੰਦਾ ਕਿ ਹੁਣ ਪਟਕੇ ਦੀ ਆਪਾਂ ਕੁਸ਼ਤੀ ਸਟਾਰਟ ਕਰਾ ਦਈਏ, ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ। ਡਗ ਡਗ ਕਰਦੇ ਚਿਹਰੇ, ਡਗ ਡਗ ਕਰਦੇ ਸਰੀਰ, ਦੁੱਧ ਮੱਖਣਾ ਨਾਲ ਪਲੀਆਂ ਜਵਾਨੀਆਂ ਮਿਹਣੋ ਮਿਹਣੀ ਹੋ ਰਹੀਆਂ। ਮਾਵਾਂ ਦੇ ਬਲੀ ਪੁੱਤ ਸੂਰਮੇ ਅੱਜ ਆਹਮੋ ਸਾਹਮਣੇ ਪੂਰਾ ਜ਼ੋਰ ਲਾਉਂਦੇ ਹੋਏ। ਅੱਜ ਦਾ ਸ਼ਾਨਦਾਰ ਕੁਸ਼ਤੀ ਮੇਲਾ ਬੱਲੇ ਬੱਲੇ ਹੋ ਗਈ, ਬਹਿ ਜਾ ਬਰਾਤੀ। ਜੱਗ ਚ ਆਉਂਦਿਆਂ ਦੇ ਮੇਲੇ ਹੁੰਦੇ ਮਿੱਤਰੋ, ਟਾਈਮ ਪੂਰਾ ਹੋ ਗਿਆ ਤੇ ਕੁਸ਼ਤੀ ਸਰੀਫ ਵੀ ਬਰਾਬਰ ਹੋ ਗਈ ਹੈ। ਬਾਕੀ ਪ੍ਰਬੰਧਕਾਂ ਦੇ ਹੱਥ ਹੈ। ਅੱਛਾ, ਪੁਆਇੰਟ ਤੇ ਨਹੀਂ, ਚਲੋ ਓਕੇ, ਡਨ ਕਰੋ, ਫਿਨਿਸ਼ ਕਰੋ। ਲਓ ਜੀ, ਪਟਕੇ ਵਾਲੇ ਮੱਲ, ਦੂਜੇ ਪਟਕੇ ਦੇ ਮੱਲ ਅੰਗਰੇਜ਼ ਜੂਮ ਛੇੜੀ ਤੇ ਕੀਰਤੀ ਬਾੜੋਆ, ਆਓ ਜਰਾ ਥਾਪੀ ਮਾਰ ਕੇ ਦੌੜ ਕੇ ਆਉਂਦਾ ਅੰਗਰੇਜ਼ ਜੂਮ ਛੇੜੀ ਬੜਾ। ਐਵੇਂ ਨੀ ਗੱਲਾਂ ਹੁੰਦੀਆਂ, ਗੱਲਾਂ ਬਾਤਾਂ ਨਾਲ ਨੀ ਸ਼ੇਰ ਬਣਦੇ, ਹਿੰਮਤਾਂ ਨਾਲ ਅਣਖੀ ਦਲੇਰ ਬਣਦੇ। ਕਰਕੇ ਹਿੰਮਤ, ਥਾਪੀ ਮਾਰ ਕੇ ਮੈਦਾਨ ਦੇ ਵਿੱਚ ਪੁੱਜਣ ਲਈ ਤਿਆਰ ਬਰ ਤਿਆਰ ਖੜਾ। ਇਹਨੂੰ ਇਹ ਕਹਿੰਦੇ ਕਿਹੜਾ ਮੁੰਡਾ, ਇਹਨੂੰ ਅੰਗਰੇਜ਼ ਜੂਮ ਛੇੜੀ ਕਹਿੰਦੇ ਆ, ਅੰਗਰੇਜ਼ ਜੂਮ।
छेड़ी आ भी अंग्रेजियां चक दे फटे एक पासे साडा राजा पहलवान दिल दा राजा पहलवान सोना दा आशीर्वाद लेके मैदान दे विच गबरू जावेगा वावेगा इल्लम मुसलमान गबरू ते जदी उच्ची लम्मी हेक अब फड़ी भी पापी पूनी है ते मैनू मुंडा लैण दे आ वेखो ए मुंडे जिन्हां ते रब जिहड़ा माण है दो गबरू मैदान दे विच पटका नंबर दो ते मैं पटके दे स्पॉन्सर्ड सरदार सुखविंदर सिंह जी धारीवाल साहब बेनती करदा अपने कर कमला दे नाल आप स्टार्ट कराओ सरदार जगदीश सिंह जी वाल सरदार कुलविंदर सिंह जी सरदार सुखविंदर सिंह जी सरदार महेंद्र सिंह जी धारीवाल रविंदर चीमा जी चीमा साहब चीमा साहब अपना परजी चीमा भी इतने जवान है आओ जी चीमा साहब एक यादगारी फोटो वाह जी मैं निकल जा ठंडे रह जाना कोई वाह मुंदुआ अब भाई एना भी कितने अब भाई एना कितने आप भाई मामा शाबाश कितने भी एक मिनट रोक जाओ यार हो गई शाबाश आओ भी एक ताड़ी मारो यार कितने लो जी मैदान दे विच एक पासे अमेरिका ਉਸ ਵਿੱਚ ਇੰਸਪੈਕਟਰ ਡੈਡੀ ਤੇ ਪਹਿਲਵਾਨੀ ਦੇ ਖੇਤਰ ਦੇ ਵਿੱਚ ਵੱਡਾ ਨਾਮ ਕਮਾਇਆ ਹੈ ਉੱਥੇ ਆਪਣੇ ਬੇਟੇ ਨੂੰ ਵਿਰਸੇ ਦੇ ਵਿੱਚ ਪਹਿਲਵਾਨੀ ਦਿੱਤੀ ਹੈ ਦੂਜੇ ਪਾਸੇ ਸਾਡੇ ਕੋਲ ਕੀਰਤੀ ਪਹਿਲਵਾਨ ਜੀ ਰਾਣਾ ਬਾੜੂ ਵਾਲੀਏ ਦਾ ਹੋਣਹਾਰ ਲਾਇਕ ਇਹ ਸੂਰਮਾ ਸ਼ਗਿਰਦ ਹੈ ਸੋ ਆਓ ਲਓ ਜੀ ਸਟਾਰਟ ਹੈ ਕੁਸ਼ਤੀ ਲਓ ਜੀ ਮੇਰੇ ਸੱਜੇ ਵਾਲੇ ਪਾਸੇ ਅੰਗਰੇਜ਼ ਨੂੰ ਛੇੜੀ ਤੇ ਖੱਬੇ ਵਾਲੇ ਪਾਸੇ ਕੀਰਤੀ ਪਹਿਲਵਾਨ ਜੀ ਬਾੜੋ ਆ ਸਾਡਾ 15 ਮਿੰਟ ਰੈਕਟ ਪਹਿਲਾ ਕੁਸ਼ਤੀ ਉਸ ਤੋਂ ਬਾਅਦ 5 ਮਿੰਟ ਦਿਖਾਂਗੇ ਆ ਓਕੇ ਵਾਹ ਜੀ ਵਾਹ 2 ਮਿੰਟ ਤੋਂ ਜ਼ਿਆਦਾ ਆ 2 ਮਿੰਟ ਤੋਂ ਵੱਧ ਲੰਗੋਟ ਨਹੀਂ ਪਕੜੋ ਹਾਂ 2 ਮਿੰਟ ਤੋਂ ਜ਼ਿਆਦਾ ਵੱਧ ਲੰਗੋਟ ਨਾ ਪਕੜੋ 2 ਮਿੰਟ ਦੇ ਵਿੱਚ ਲੰਗੋਟ ਜੇਕਰ ਪਕੜ ਵੀ ਲਿਆ ਤੇ ਆਪਣਾ ਜਿਹੜਾ ਉਹ ਜਿਹੜਾ ਤੁਸੀਂ ਦਾ ਮਾਰਨਾ ਚਾਹੁੰਦੇ ਆ ਉਹ ਦਾ ਮਾਰ ਬਹੁਤੀ ਦੇਰ ਤੱਕ ਲੰਗੋਟ ਨੂੰ ਪਕੜ ਕੇ ਨਾ ਰੱਖੋ ਲਓ ਜੀ ਪੱਪਰ ਸ਼ੇਰਾਂ ਦਾ ਮੁਕਾਬਲਾ ਸ਼ੇਰਾਂ ਦਾ ਮੁਕਾਬਲਾ ਇਹ ਫਕ ਮੈਦਾਨ ਦੇ ਵਿੱਚ ਵੇਖੋ ਕਿਵੇਂ ਇੱਕ ਦੂਸਰੇ ਦੇ ਚੜਦੇ ਚੜੇਂਦੇ ਦੋਵੇਂ ਇੱਕ ਦੂਜੇ ਤੋਂ ਚੜ ਕੇ ਗਬਰੂ ਕਰਨ ਫੈਸਲਾ ਅੜ ਕੇ ਗਬਰੂ ਹੱਥ ਸਿਰ ਤੇ ਬਾਬੇ ਦੀਆਂ ਮਿਹਰਾਂ ਦਾ ਆਦੇ ਕਾਲੀ ਪਿੰਡ ਬਣ ਗਿਆ ਸ਼ੇਰਾਂ ਦਾ ਉਹ ਮੱਖਣਾ ਸ਼ੇਰਾਂ ਦਾ ਨਹੀਂ ਇਹ ਤੇ ਬੱਬਰ ਸ਼ੇਰਾਂ ਦਾ ਇਹ ਬੱਬਰ ਸ਼ੇਰਾਂ ਦਾ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਦੋ ਪਹਿਲਵਾਨ ਦੋ ਮਾਮਾ ਦੇ ਬਲੀ ਪੁੱਤ ਸੂਰਮੇ ਆਮੋ ਸਾਹਮਣੇ ਡਾਕਟਰ ਸਾਹਿਬ ਹੋ ਗਏ ਆ ਕਲੇਰ ਸਾਹਿਬ ਹੁਣ ਮੂਵੀ ਬਣਾ ਦਿਓ ਤੁਹਾਡੇ ਵਾਲੀ ਮੈਂ ਸ਼ੇਅਰ ਕਰ ਦੇਣੀ ਠੀਕ ਹੈ ਜੀ ਇਹ ਸੌਖਾ ਤਰੀਕਾ ਕੁਲਵਿੰਦਰ ਭਾਜੀ ਕੁਲਵਿੰਦਰ ਧਾਰੀਵਾਲ ਸਾਹਿਬ ਕੀ ਬਾਤ ਹੈ ਮੈਦਾਨ ਦੇ ਵਿੱਚ ਦੋ ਨੌਜਵਾਨ ਚੜਦੀਆਂ ਉਮਰਾਂ ਚੜਦੇ ਚੜੇਂਦੇ ਗਬਰੂ ਮੁੱਛ ਫੁੱਟ ਚੋਪਰ ਹਾਲੇ ਤਾਂ ਜਵਾਨੀ ਤਾਜ਼ੀ ਤਾਜ਼ੀ ਆਈ ਹੈ ਪਰ ਚੰਗੇ ਉਸਤਾਦਾਂ ਨੇ ਚੰਗੇ ਪਾਸੇ ਲਾਤਾ ਚੰਗੇ ਗੁਰ ਸਿਖਾ ਦਿੱਤੇ ਪਹਿਲਵਾਨੀ ਨਾਲ ਜੋੜਤਾ ਪਹਿਲਵਾਨੀ ਦੇ ਖੇਤਰ ਚ ਵੱਡੇ ਨਾਂ ਕਮਾ ਲੈ ਪਟਕੇ ਦੇ ਘੁਲਣਾ ਬਹੁਤ ਔਖਾ ਹੈ ਬਹੁਤ ਔਖਾ ਇੱਥੇ ਤੱਕ ਪੁੱਜਣਾ ਬਹੁਤ ਔਖਾ ਹੈ ਐਵੇਂ ਨਹੀਂ ਕੋਈ ਪਟਕੇ ਤੇ ਸੱਜ ਲੈਂਦਾ ਬੰਦਾ ਕਵੇ ਕੱਲ ਮੈਂ ਸਿੱਖਣ ਗਿਆ ਸੀ ਅੱਜ ਮੈਂ ਪਟਕੇ ਤੇ ਘੁਣ ਲੱਗ ਪਿਆ ਏਦਾਂ ਨਹੀਂ 5-7 ਸਾਲ ਦੀ ਤਪੱਸਿਆ ਤੋਂ ਬਾਅਦ ਹੋਰ ਕਿਤੇ ਜਾ ਕੇ ਪਟਕੇ ਬਾਬਾ ਜੀ ਘੁਣ ਜੋਗਾ ਬੰਦਾ ਹੁੰਦਾ ਹੈ ਉਹ ਪਟਕੇ ਵਿੱਚ ਚੀਮਾ ਸਾਹਿਬ ਘੁਣ ਰਿਹਾ ਮੈਦਾਨ ਦੇ ਵਿੱਚ ਦੋ ਗੱਭਰੂ ਪਟਕਾ ਨੰਬਰ 2 ਤੇ ਪਹਿਲਵਾਨ ਵੀ ਆ 2 ਪਰ ਦੋਵਾਂ ਚੋਂ ਕਿਸੇ ਇੱਕ ਨੇ ਜਿੱਤਣਾ ਇੱਕ ਨੇ ਜਿੱਤਣਾ ਕਿਉਂਕਿ ਦੋਵੇਂ ਨਹੀਂ ਜਿੱਤਦੇ ਹੁੰਦੇ ਦੋਵੇਂ ਉਦੋਂ ਜਿੱਤਦੇ ਜਦੋਂ ਬਰਾਬਰ ਹੋਣ ਤੇ ਬਰਾਬਰ ਰਹਿ ਜਾ ਸੀਟ ਤੇ ਫਿਰ ਦੋਵਾਂ ਨੂੰ ਜੇਤੂ ਕਹਿੰਦੇ ਪਰ ਅੱਜ ਮੈਂ ਤਵੱਕੋ ਕਰ ਰਿਹਾ ਸ਼ਾਬਾਸ਼ ਅੰਗਰੇਜ਼ ਨੂੰ ਛੇੜੀ ਖੁੱਚ ਪੱਟਣ ਦੀ ਕੋਸ਼ਿਸ਼ ਕਰਦੇ ਪਰ ਹਾਲੇ ਤੱਕ ਕਾਮਯਾਬੀ ਕਿਸੇ ਨੂੰ ਨਸੀਬ ਨਹੀਂ ਥੋੜੀ ਮਿੱਟੀ ਲਾ ਲਓ ਮਿੱਟੀ ਥੋੜੀ ਜਿਹੀ ਲਾ ਲਓ ਹੱਥ ਪੈ ਜਾਏ ਕੁਸ਼ਤੀ ਪਿਆਰ ਨਾਲ ਜਿਹੜਾ ਵੀ ਇਸ ਕੁਸ਼ਤੀ ਵਿੱਚ ਢਾਊਗਾ ਲੋਕ ਕਬੱਡੀ ਵਾਲਾ ਕੰਮ ਹੋਣ ਲੱਗਾ ਜੇ ਹੁਣ ਤੁਸੀਂ ਵੀ ਮਾੜਾ ਜਿਹਾ ਆਪਣੇ ਆਪਣੇ ਬਟੂਏ ਹੁਣ ਪਰਖ ਲਓ ਇੱਕ ਵਾਰ ਚੈੱਕ ਕਰ ਲਓ ਜਿਹੜਾ ਢਾਊ 500 ਰੁਪਈਆ ਸਰਦਾਰ ਜਗਦੀਪ ਸਿੰਘ ਜੀ ਰਾਮੇਵਾਲੀਆ ਸਰਪੰਚ ਸਾਹਿਬ ਉਹਨੂੰ ਸਪੈਸ਼ਲ ਦੇਣਗੇ ਤਾੜੀਆਂ ਮਾਰੋ ਜਰਾ ਹੋਰ ਕੋਈ ਆਉਣਾ ਚਾਹੁੰਦਾ ਦੱਸ ਦਿਓ ਆਪਾਂ ਤੇ ਜਮਾ ਹੀ ਕਰਨੇ
ਜਿਹੜੇ ਪੱਟ ਕੇ ਤੇ ਮਿਲਣੇ ਉਹ ਵੱਖਰੇ ਆ, ਜਿਹੜੇ ਇੱਦਾਂ ਆਉਣਗੇ ਉਹ ਵੱਖਰੇ। 500 ਰੁਪਈਆ ਸਪੈਸ਼ਲ ਸਰਦਾਰ ਜਗਦੀਸ਼ ਸਿੰਘ ਜੀ ਰਾਮੇ ਵਾਲੀ ਹਿਸਾਬ ਕਹਿੰਦੇ ਆ ਉਹਨੂੰ ਦਿੱਤਾ ਜਾਵੇ ਜਿਹੜਾ ਢਾਊਗਾ। ਕੁਸ਼ਤੀ ਢਹਿ ਟਵਾਈ ਦੀ, ਕੁਸ਼ਤੀ ਜਿੱਤ ਹਾਰ ਦੀ, ਪੱਪੂ ਪਾਸਲਾ ਜੀ ਕਹਿੰਦੇ ਕੁਸ਼ਤੀ ਆਰ ਪਾਰ ਦੀ, ਕੁਸ਼ਤੀ ਆਰ ਪਾਰ ਦੀ, ਅੱਜ ਕੁਸ਼ਤੀ ਆਰ ਪਾਰ ਦੀ ਹੋਵੇ, ਕੁਸ਼ਤੀ ਢਹਿ ਟਵਾਈ ਦੀ। ਭਲਵਾਨਾਂ ਨੂੰ ਸੱਤੀ ਬਾਹ ਨਾਲ ਲੱਗੇ ਅਰਦਾਸ ਆ ਸਾਡੀ, ਮਸਤਾਂ ਦੇ ਦਰ ਤੇ ਖੜੇ ਆ, ਦੁਆ ਕਰਦੇ ਆ ਕਿ ਮਾਲਕ ਜਿਉਂਦੇ ਵਸਦੇ ਰਹਿਣ, ਇਹਨਾਂ ਦੀਆਂ ਤੰਦਰੁਸਤੀਆਂ ਕਾਇਮ ਰਹਿਣ, ਕਿਉਂਕਿ ਮੇਲੇ ਸਾਰੇ ਸਰਪੰਚ ਸਾਹਿਬ ਤੰਦਰੁਸਤੀ ਦੇ ਨੇ, ਤੰਦਰੁਸਤੀ ਦੇ, ਕਿ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ, ਮੇਲਣ ਬਣ ਕੇ ਵੇਖ ਮੇਲਣੇ ਮੇਲਾ ਜਾਣਾ, ਜਿਹੜਾ ਢਾਊਗਾ ਆਪਣੇ ਸੁਖਵਿੰਦਰ ਭਾਜੀ ਇਹ ਫੜੋ, ਜਿਹੜਾ ਢਾਊਗਾ 500 ਰੁਪਈਆ ਸਪੈਸ਼ਲ ਸਰਦਾਰ ਜਗਦੀਸ਼ ਸਿੰਘ ਜੀ, ਲਓ ਜੀ ਜਿਹੜਾ ਢਾਰਿਆ 1000 ਰੁਪਈਆ ਸਰਦਾਰ ਸੁਖਵਿੰਦਰ ਸਿੰਘ ਜੀ ਧਾਰੀਵਾਲ ਸਾਹਿਬ, ਤਾੜੀਆਂ ਮਾਰੋ, ਹੋਰ ਦੇਣਗੇ ਉਹਨੂੰ ਐਕਸਟਰਾ ਨਾਮ 1000 ਰੁਪਈਆ। ਸਰਦਾਰ ਹਰਵੰਸ ਸਿੰਘ ਜੀ ਧਾਰੀਵਾਲ ਸਾਹਿਬ ਉਹਨਾਂ ਵੱਲੋਂ ਦੋਵੇਂ ਮੱਲਾਂ ਨੂੰ, ਇਹਨਾਂ ਦੇ ਸਰੀਰਾਂ ਨੂੰ ਵੇਖ ਕੇ, ਇਹਨਾਂ ਦੀ ਭਲਵਾਨੀ ਨੂੰ ਵੇਖ ਕੇ 1000 ਰੁਪਇਆ ਸਪੈਸ਼ਲ ਇਨਾਮ ਦੋਵਾਂ ਮੱਲਾਂ ਨੂੰ। ਲੈ ਵੇ ਆਹ ਬਣੀ ਗੱਲ, ਹੁਣ ਕਹਿੰਦੇ ਭਲਵਾਨੀ ਦੀ ਕਦਰ ਹੋਈ ਹੈ, ਪਹਿਲਵਾਨੀ ਦਾ ਮੁੱਲ ਪਿਆ ਭਲਵਾਨੋ, ਭਾਈ ਹੁਣ ਤਾਂ ਤੇਜ਼ੀ ਆਉਣੀ ਚਾਹੀਦੀ ਕੁਸ਼ਤੀ ਵਿੱਚ, ਹੁਣ ਕੁਸ਼ਤੀ ਜਿਹੜੀ ਆ ਥੋੜੀ ਫਾਸਟ ਜ਼ਰੂਰ ਹੋਣੀ ਚਾਹੀਦੀ ਹੈ, ਸਰੀਰਾਂ ਦੀ ਸਿਫਤ ਕੀਤੀ ਹੈ, ਕਿਉਂਕਿ ਸਰੀਰ ਜੇ ਚੰਗਾ ਸੋਹਣਾ ਹੈ ਤੇ ਵੇਖਣ ਵਾਲੇ ਨੂੰ ਵੀ ਆਨੰਦ ਆ ਜਾਂਦਾ, ਕਹਿੰਦੇ ਆਪਣੇ ਸਰੀਰ ਵਾਜੋ ਸੋਹਣਿਓ ਕਿਸੇ ਨਹੀਂ ਲੱਗੀਆਂ ਪਗਾਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਉਹ ਤਾੜੀਆਂ ਤੇ ਮਾਰ ਦਿਓ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਇਸ ਵਕਤ ਬਹੁਤ ਤਕੜੀ ਕੋਸ਼ਿਸ਼ ਕਰਦਾ ਹੋਇਆ ਦੋਵੇਂ, ਕੁਝ ਕੀਰਤੀ ਵੀ ਘੱਟ ਨਹੀਂ ਤੇ ਦੂਜੇ ਪਾਸੇ ਅੰਗਰੇਜ਼ ਵੀ ਘੱਟ ਨਹੀਂ, ਉਹ ਵੇਖੋ ਜਿਹੜੇ ਬਚ ਕੇ ਮੋੜ ਤੋਂ ਉਹ ਬਾਹਰ ਦਾ ਫੈਸਲਾ ਗਿਣਿਆ ਨਹੀਂ ਜਾਵੇਗਾ, ਹੱਟ ਨਾ ਲਵਾ ਲਿਓ, ਹੱਟ ਪੇੜ ਨਾ ਲੱਗ ਜਾ, ਬਾਕੀ ਕੋਈ ਗੱਲ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਜਿੱਤਣ ਵਾਲੇ ਨੂੰ 2000 ਰੁਪਇਆ ਹੋਰ ਇਨਾਮ, ਸਾਡੇ ਸੁਖਵਿੰਦਰ ਸਿੰਘ ਜੀ, ਕੁਲਵਿੰਦਰ ਸਿੰਘ ਜੀ ਧਾਲੀਵਾਲ ਸਾਹਿਬ, 2000 ਰੁਪਇਆ ਜਿੱਤਣ ਵਾਲੇ ਨੂੰ ਆਰ ਪਾਰ ਦੀ ਕੁਸ਼ਤੀ, ਆਰ ਪਾਰ ਦੀ ਕੁਸ਼ਤੀ, ਜਿੱਤ ਹਾਰ ਦੀ ਕੁਸ਼ਤੀ। 500 ਰੁਪਇਆ ਹੋਰ ਸਰਪੰਚ ਸਾਹਿਬ ਵੱਲੋਂ, 500 ਰੁਪਇਆ ਹੋਰ ਸਾਡੇ ਸਰਦਾਰ ਜਗਦੀਸ਼ ਸਿੰਘ ਜੀ ਰਾਮੇਵਾਲ ਦੇ ਸਰਪੰਚ ਸਾਹਿਬ, 500 ਰੁਪਇਆ।